ਕਿਸੇ ਵੀ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਨਹੀਂ ਹੋਣ ਦਿਆਂਗਾ। ਨਵਜੋਤ ਸਿੱਧੂ। ਕੈਬਨਿਟ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਰਕਾਰੀ ਪਾਲਿਸੀ ਅਮੀਰਜ਼ਾਦਿਆਂ ਨੂੰ ਸਰਕਾਰੀ ਜ਼ਮੀਨਾਂ ਹੜੱਪਣ ਦਾ ਹੱਕ ਨਹੀਂ ਦਿੰਦੀ ਅਤੇ ਉਹ ਕਿਸੇ ਵੀ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਨਹੀਂ ਹੋਣ ਦੇਣਗੇ। 'ਚ ਦੋ ਚੀਜ਼ਾਂ ਨੇ, ਕੁਛ ਇਨਫੋਰਮੇਸ਼ਨਾਂ ਸੀਗੀਆਂ, ਕੁਛ ਐਸੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਠੀਕ ਹੋਣ ਵਾਲੀਆਂ ਸੀਗੀਆਂ। ਮੇਅਰ ਸਾਹਿਬ ਨਾਲ ਗੱਲ ਹੋਈ ਹੈ, 15 ਦਿਨ ਮੈਂ ਮੇਅਰ ਸਾਹਿਬ ਨੂੰ ਦਿੱਤੇ ਹੈ ਟੂ ਗੈਟ ਇਜ਼ ਹਾਊਸ ਇਨ ਆਰਡਰ, ਅਤੇ ਮੈਨੂੰ 15 ਦਿਨਾਂ ਦੇ ਵਿੱਚ ਮੇਅਰ ਸਾਹਿਬ ਨੇ ਕਿਹਾ ਸਾਰਾ ਕੁਛ ਮੈਂ ਸੈੱਟ ਕਰ ਦੂੰਗਾ ਔਰ ਮੈਨੂੰ ਮੇਅਰ ਸਾਹਿਬ 'ਤੇ ਭਰੋਸਾ ਹੈ। ਸੋ ਆਈ ਹੈਵ ਗਿਵਨ ਹਿਮ 15 ਡੇਜ਼। 5 ਤਰੀਕ ਜਿਹੜੀ ਜੁਲਾਈ ਦੀ ਹੈ ਉਦੋਂ ਤੱਕ ਇਹ ਸੋਰਟ ਆਊਟ ਹੋ ਜੂਗਾ। ਦੂਸਰੀ ਗੱਲ ਹੈ ਸਾਡੀ ਜਿਹੜੀ ਪੋਲਿਸੀ ਹੈ, ਜਿਹੜੀ ਸਾਡੀ ਵਨ ਟਾਈਮ ਸੈਟਲਮੈਂਟ ਸੀ ਉਹ ਗਰੀਬ ਬੰਦੇ ਲਈ ਸੀ, ਜਿੱਥੇ ਕਾਲੋਨੀਆਂ ਦੇ ਵਿੱਚ 60-70% ਆਕੂਪੇਸ਼ਨ ਹੋ ਚੁੱਕੀ ਹੈ, ਕੋਈ ਗਰੀਬ ਉੱਥੇ ਰਹਿ ਰਿਹਾ, ਇਹ ਉਹਨਾਂ ਵਾਸਤੇ ਸੀ ਵਨ ਟਾਈਮ ਸੈਟਲਮੈਂਟ। ਇਹ ਵਨ ਟਾਈਮ ਸੈਟਲਮੈਂਟ ਕਿਸੇ ਅਮੀਰਜ਼ਾਦੇ ਨੂੰ ਸਰਕਾਰੀ ਜ਼ਮੀਨਾਂ ਦੱਬਣ ਦਾ ਹੱਕ ਨਹੀਂ ਦਿੰਦੀ। ਇਹਦੀ ਆੜ ਦੇ ਵਿੱਚ ਸਰਕਾਰੀ ਜ਼ਮੀਨਾਂ ਦੱਬ ਕੇ ਕੋਈ ਆਪਣੀ ਦੁਕਾਨਦਾਰੀ ਚਲਾਵੇ ਔਰ ਖਾਲੀ ਕਲੋਨੀਆਂ ਦੇ ਉੱਤੇ ਦੋ ਦੋ ਕੰਧਾਂ ਗੱਡ ਕੇ ਆਪਣਾ ਧੰਦਾ ਚਲਾਵੇ, ਇਹ ਮੈਂ ਹੋਣ ਨਹੀਂ ਦੇਣਾ। ਇਹ ਬੜਾ ਕਲੀਅਰ ਹੈ, ਸਮਝ ਨਹੀਂ, ਉਹ ਵੀ ਗੱਲ ਸੋਰਟ ਆਊਟ ਹੋ ਗਈ। ਤੀਸਰੀ ਚੀਜ਼, ਥੋੜ੍ਹੇ ਬਹੁਤ ਡਿਵੈਲਪਮੈਂਟ ਇਸ਼ੂ ਸੀਗੇ, ਉਹ ਤਾਂ ਪਹਿਲਾਂ ਦੇ ਹੀ ਚੱਲ ਰਹੇ ਨੇ। ਕਰੀਬ ਕਰੀਬ 30 ਕਰੋੜ ਰੁਪਈਆ ਇਹਨਾਂ ਨੂੰ ਰਿਲੀਜ਼ ਹੋ ਜਾਣਾ ਜਿਹੜਾ ਕਿ ਇਹਨਾਂ ਦੀ ਡਿਵੈਲਪਮੈਂਟ ਦਾ, ਔਰ ਅਸੀਂ ਹੁੰਮ ਹਮਾ ਕੇ ਜਿਸ ਤਰ੍ਹਾਂ ਜਲੰਧਰ ਨੇ ਸਾਡਾ ਸਾਥ ਦਿੱਤਾ ਔਰ ਵਿਸ਼ਵਾਸ ਸਾਡਾ ਰੱਖਿਆ, ਉਸੇ ਤਰ੍ਹਾਂ ਮੈਨੂੰ ਲੱਗਦਾ 30-40 ਕਰੋੜ ਰੁਪਈਆ ਜਦੋਂ ਜਲੰਧਰ ਦੇ ਵਿੱਚ ਜਾਣਾ, ਵਿਕਾਸ ਦੇ ਵੱਲ ਪੋਜ਼ਿਟਿਵ ਦਿਸ਼ਾ ਦੇ ਵਿੱਚ ਕੰਮ ਤੁਰ ਪੈਣਾ। ਸਿੱਧੂ ਸਾਹਿਬ, ਇੱਕ ਜੀਰਕਪੁਰ ਦੇ ਵਿੱਚ ਗਲਤ ਨਕਸ਼ਾ ਪਾਸ ਹੋਇਆ, ਇੱਕ ਰੈਡੀਸਨ ਹੋਟਲ ਨੇ ਪਾਰਕਿੰਗ ਵਾਸਤੇ ਪੂਰੀ ਮਾਰਕੀਟ ਖਰਾਬ ਹੋ ਗਈ ਅਤੇ ਸੜਕ ਦੇ ਉੱਤੇ ਸ਼ੋਰੂਮ ਬਣਿਆ ਹੋਇਆ ਹੈਗਾ। 12 ਸਾਲ ਕੋਰਟ ਦੇ ਵਿੱਚ ਕੇਸ ਚੱਲਿਆ, ਬੰਦਿਆਂ ਦੇ ਹੱਕ ਦੇ ਵਿੱਚ ਉਹ ਜਿੱਤ ਵੀ ਗਏ ਅਤੇ ਹਜੇ ਤੱਕ ਉਹ ਸ਼ੋਰੂਮ ਉਵੇਂ ਦਾ ਉਵੇਂ ਹੀ ਹੈ, ਤੋੜਿਆ ਨਹੀਂ ਗਿਆ ਹੈਗਾ, ਆਰਡਰ ਵੀ ਹੋ ਚੁੱਕੇ ਕਈ ਵਾਰੀ। 12 ਸਾਲ ਸਰਕਾਰ ਕੀਤੀ ਸੀ ਪਹਿਲਾਂ, 10 ਸਾਲ ਉਹਦੀ ਜ਼ਿੰਮੇਵਾਰੀ ਸਾਡੀ ਨਹੀਂ। ਅਸੀਂ ਇੱਕ ਇੱਕ ਸ਼ਹਿਰ, ਇੱਕ ਇੱਕ ਜਗ੍ਹਾ ਪ੍ਰੋਪਰ ਤਰੀਕੇ ਨਾਲ ਐਨ ਸਾਫ਼ ਸੁਥਰਾ ਕਰਕੇ ਫਿਰ ਤੁਰਾਂਗੇ। ਸਾਡੀਆਂ ਪੋਲਿਸੀਆਂ ਸਾਲ 'ਚ ਬਣ ਗਈਆਂ, 1 ਸਾਲ ਪੋਲਿਸੀ ਦੇ ਹੁੰਦੇ ਆ, 4 ਸਾਲ ਅਮਲੀ ਜਾਮੇ ਦੇ ਹੁੰਦੇ ਆ। ਅਖੀਰ ਦੇ ਵਿੱਚ ਗੱਲ ਇੱਥੇ ਮੁੱਕਦੀ ਹੈ ਕਿ ਜੋ ਕੁਛ ਵੀ ਸੀ ਉਹ ਸੁਲਟ ਗਿਆ, ਸੋਰਟ ਆਊਟ ਹੋ ਗਿਆ, ਜਿਹੜਾ ਨਹੀਂ ਹੋਇਆ ਉਹ ਹੋ ਜੂਗਾ।